ਤੇ ਫਿਰ ਬੀਜੇਪੀ ਲੀਡਰ ਹੈ ਕਿਉਂ ਕਹਿੰਦੇ ਕਿ ਸਿੱਖ ਹਿੰਦੂ ਨੇ ਕਹਿੰਦੇ ਕਿਹੜਾ ਕਹਿੰਦਾ ਮੈਨੂੰ ਉਹਦਾ ਨਾਂ ਦਿਓ ਉਹਦਾ ਬਿਆਨ ਦਿਓ ਯੋਗੀ ਦਿੱਤੇ ਨਾ ਤਾਂ ਨਹੀਂ ਕਹਿੰਦੇ ਕਈ ਵਾਰੀ ਦੇਖੋ ਭਾਈ ਗੱਲ ਇਹ ਹੈ ਜਿਹੜਾ ਫਿਰ ਸਿੱਖ ਪੈਦਾ ਕਿੱਥੋਂ ਹੋਏ ਮੈਨੂੰ ਇਹ ਵੀ ਦੱਸੋ ਫਿਰ ਐਵੇਂ ਤਾਂ ਫਿਰ ਸਵਾਲ ਲੈਂਦਾ ਹਿੰਦੂ ਕਿੱਥੋਂ ਗੱਲ ਇਹ ਹੈ ਹਿੰਦੂ ਵੀ ਜਿਹੜਾ ਹੈ ਨਾ ਦੇਖੋ ਲੋਕ ਇਹਨਾਂ ਦਾ ਹੁਣ ਤੁਸੀਂ ਗੁਰਬਾਣੀ ਨੂੰ ਕਿਹਾ ਗੁਰਬਾਣੀ ਕਹਿੰਦੀ ਨਾਮ ਹਿੰਦੂ ਨਾਮ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ ਮੈਂ ਤਾਂ ਤੁਹਾਨੂੰ ਅੰਗ ਪੜਿਆ ਕੇ ਦੱਸਿਆ ਕਿ ਮੈਂ ਉਹਨੂੰ ਮੰਨਦਾ ਹਾਂਜੀ ਅਸੀਂ ਕਿਹੜੇ ਨੇ ਤੁਹਾਨੂੰ ਕਹਿਤਾ ਤੁਸੀਂ ਹਿੰਦੂ ਹੋ ਮੈਂ ਤਾਂ ਬੀਜੇਪੀ ਕਿਉਂ ਨਹੀਂ ਮੰਨਦੀ ਹੈ ਗੱਲ ਕਿਹੜੀ ਬੀਜੇਪੀ ਨੇ ਮੰਨ ਮੈਨੂੰ ਉਹਦਾ ਬਿਆਨ ਦੱਸੋ ਮੈਂ ਯੋਗੀ ਦਿੱਤੇ ਨਾ ਬੀਜੇਪੀ ਦੇ ਲੀਡਰ ਦੇ ਭਰੇ ਪਏ ਨੇ ਤੁਸੀਂ ਸਿੱਖਾਂ ਦਾ ਸਭ ਤੋਂ ਵੱਡਾ ਆਬਜੈਕਸ਼ਨ ਹੀ ਆਈ ਹੈ ਉਹ ਯੋਗੀ ਆਦਿੱਤਿਆ ਨਾਥ ਨੂੰ ਪੁੱਛੋ ਨਾ ਤੁਸੀਂ ਕਦੋਂ ਕਹਿੰਦੇ ਹੋ ਉਹਨਾਂ ਨੇ ਕਹੀ ਸਿੱਖ ਹਿੰਦੂ ਗੁਰੂ ਸਿੱਖ ਹਿੰਦੂ ਧਰਮ ਕੀ ਰੱਖਿਆ ਕੇ ਲਈ ਬਣੇ ਆ ਸਿੱਖ ਹਿੰਦੂ ਧਰਮ ਦੇਖੋ ਬਾਤ ਸੁਣੋ ਹਾਂਜੀ ਜਬ ਇਹ ਜਨੇਊ ਉਤਾਰੇ ਜਾ ਰਹੇ تھے ਪਰ ਸਿੱਖ ਬਾਡੀਗਾਰਡ ਥੋੜੀ ਨਾ ਨੇ ਉਹ ਤੇ ਸਾਡਾ ਹਿਊਮਨ ਰਾਈਟਸ ਨੂੰ ਟਾਇਆ ਤੁਸੀਂ 500 ਸਾਲ ਤੁਸੀਂ ਕਰਨਲ ਸਟੈਨਬੈਕ ਦੀ ਕਿਤਾਬ ਪੜ੍ਹੀ ਆ ਨਹੀਂ ਮੈਂ ਤੇ ਗੁਰਬਾਣੀ ਪੜ੍ਹਦਾ